मेरे को आज बड़ी एक शर्मनाक वाली गल आई है, एक मेरे को एक व्यक्ति आया कहना मैं अपने बच्चे नू कौंसल दे हवाले कर देना, सुनया पक्के हो जाते हैं। मैं क्या तैनू पता कौंसल दे हवाले कर दे कि बच्चे होंगे उत्थे की होंगे वो यू चार्लिंग ही एक्चुअली सेट टू मी आई हैड समवन गिव मी अ सलाह टू पुट माई किड इन टू केयर एंड टू अबैंडन हिम देन ही विल गेट पक्का इज दैट ट्रू आई कांट बिलीव समबडी सेड दैट टू मी टुडे That's why I'm hyped up. I'm disgusted. Man, to sun ke bahut sab isi karna kar rahi sara kuch hai. Bachchiyan nahi kar rahe hain, right? Tusi ohi bachchiyan nu ek zariya bana rahe hain pakke hon layi unhan nu it's stuck te tusi kaun lokan ne chhadde ho aa eh na believe karo. Ek case aaya siga 2 saal pehla tusi internet te dekh sakde ho. Ek aurat ne apna bachcha itthe south hall de vich gumrah chhad ditta siga. Ohde bechare de gutti sigi ohde case vi kat ditte lokan ne. Ohnu ohda mama india to leke aa ke ਉਹਨੂੰ ਵਾਪਸ ਲੈ ਕੇ ਗਿਆ ਇੰਡੀਆ ਨੂੰ ਕਿਉਂਕਿ ਕੌਂਸਲ ਵਾਲੇ ਛੱਡ ਨਹੀਂ ਰਿਹਾ ਸੀ ਉਹਨੂੰ ਹੁਣ ਇਹ ਨਹੀਂ ਪਤਾ ਕਿ ਮਾਂ ਇੱਥੇ ਹੈ ਜੇ ਨਹੀਂ ਜੇ ਨਹੀਂ ਆ ਉਹ ਮੈਨੂੰ ਲੱਗਦਾ ਮਾਂ ਵੀ ਇੱਥੇ ਹੀ ਆ ਹਾਲੇ ਗਈ ਨਹੀਂ ਜੋ ਵੀ ਆ ਅਬੈਂਡਨਿੰਗ ਯੋਰ ਖਿਡ ਇਨ ਓਰਡਰ ਟੂ ਗੈਟ ਸਟੇ ਦੈਨ ਦੈਟ ਖਿਡ ਗੈਟਸ ਲੌਕਡ ਅਪ ਵਿਦ ਅਵਰ ਖਿਡਸ ਇਨ ਕੇਅਰ ਐਂਡ ਸਮ ਆਫ ਦਮ ਵੀ ਹੈਵ ਟੂ ਐਡਮਿਟ ਆਰ ਡਰੱਗੀਜ਼ ਔਰ ਖਿਡਸ ਦੈਟ ਕਾਂਟ ਬੀ ਕੰਟਰੋਲਡ ਰਾਈਟ ਦੈਟ ਇਨਫਲੂਐਂਸ ਗੈਟਿੰਗ ਔਨ ਯੋਰ ਖਿਡਸ ਦੇ ਗੈਟ ਬੁਲੀਡ ਇਨ ਕੇਅਰ ਯੂਵ ਸੀਨ ਵਾਟ ਗੋਜ਼ ਔਨ ਇਫ ਯੂ ਨਾਟ ਯੂ ਰੀਡ ਔਨ ਦੀ ਇੰਟਰਨੈਟ ਵਾਟ ਗੋਜ਼ ਔਨ Just to get a visa. Visa is sab kuch hai. Visa da matlab ki hunda? V-I-S-A. Vech dinda insaan sab kuch apna. Sirf visa li. Par kai log mainu khushi di gal kahen, jo ke apne imaan dharm te nahi badalde. Te ede vich sirf visa li. Main te thonu eh kahunga ji, dekho. Thonu meri galna ji chup. Bahut log mere ko aake kehnde, paaji, sanu log kehnde, ode kol na jao, oh bolda bahut hai. Ede vich, haan, bolda bahut hai, ke thonu sahi dassan de hai. ਜੇ ਤੁਸੀਂ ਚਾਹੁੰਦੇ ਆ ਕਿ ਮੈਂ ਜੀ ਠੱਗ ਬਣ ਕੇ ਤੁਹਾਨੂੰ ਲੁੱਟਾਂ ਤਾਂ ਮੈਨੂੰ ਦੱਸੋ ਮੈਂ ਤਾਂ ਚਾਹੁੰਦਾ ਮੈਨੂੰ ਈਮੇਲ ਦਿਓ ਨਾਲੇ ਮੇਰਾ ਘਰ ਵਧੀਆ ਮੈਂ ਵੀ ਲਊਂਗਾ ਕਿਤੇ ਉੱਥੇ ਘਰ ਵਧੀਆ ਗੈਰਜ ਕ੍ਰੋਸ ਚਿਗਵਲ ਵਿੱਚ ਮੈਂ ਤਾਂ ਨਾ ਲੈ ਹੋਊ ਵਧੀਆ ਵਧੀਆ ਘਰ ਨਾਲੇ ਬਾਅਦ 'ਚ ਮੈਂ ਵੀ ਤੁਹਾਨੂੰ ਦੰਦੀਆਂ ਦਿਖਾਉਂ ਜੇ ਤੁਸੀਂ ਮੈਨੂੰ ਕੋਈ ਗੱਲ ਕਹੋਗੇ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਚੱਕਣੀ ਪੈਂਦੀ ਹੈ ਇਸ ਚੀਜ਼ ਦੇ ਵਿੱਚ ਮੈਂ ਨਹੀਂ ਚਾਹੁੰਦਾ ਸੀ ਕਿ ਜ਼ਿੰਮੇਵਾਰੀ ਮੇਰੇ 'ਤੇ ਆਵੇ ਪਰ ਆ ਗਈ ਆ ਇਸ ਲਈ ਕਰ ਰਹੇ ਹਾਂ ਜੋ ਵੀ ਆ ਚਲੋ ਇੰਨਾ ਕੁ ਲੈਕਚਰ ਬਹੁਤ ਪਰ ਆਹ ਵਜ੍ਹਾ ਆ ਮੈਂ ਇੱਥੇ ਬਹਿ ਕੇ ਵਡਿਆਈ ਨਹੀਂ ਮਾਰ ਰਿਹਾ ਜਾਂ ਕੋਈ ਇੱਦਾਂ ਨਹੀਂ ਕਰ ਰਿਹਾ ਮੈਂ ਤਾਂ ਸਿਰਫ ਚਾਹੁੰਦਾ ਕਿ ਤੁਸੀਂ ਸਹੀ ਕੰਮ ਕਰੋ ਅਤੇ ਇੱਕ ਦਿਨ ਰੱਬ ਇੱਦਾਂ ਕਵੇ ਮੇਰੀ ਅਰਦਾਸ ਹੈ ਕਿ ਇੱਦਾਂ ਦੀ ਸ਼ੋਅ ਦੀ ਲੋੜ ਹੀ ਨਾ ਪਵੇ ਕਿ ਸਾਰੇ ਤੁਸੀਂ ਸਹੀ ਹੋ ਅਤੇ ਇਹਦੇ ਵਿੱਚ ਇਹ ਤੁਹਾਡੀ ਸਿਰਫ ਗਲਤੀਆਂ ਕਰਕੇ ਇੱਦਾਂ ਦੀ ਸ਼ੋਆਂ ਪਾਪੂਲਰ ਹੁੰਦੇ ਆ ਤੁਹਾਨੂੰ ਇੱਕ ਦੂਜੇ ਨਾਲ ਕੀ ਆ ਤੁਸੀਂ ਤਾਂ ਇੱਕ ਦੂਜੇ ਦੇ ਗਲ ਵੱਢਣ ਲਈ ਤਿਆਰ ਹੋ ਸਿਰਫ ਵੀਜ਼ੇ ਲੈਣ ਲਈ ਆਹ ਹਕੀਕਤ ਆ ਗੱਲ ਨੂੰ ਇਸ ਵਿੱਚ ਇੱਕ ਦੂਜੇ ਦੇ ਘਰ ਖਰਾਬ ਕਰਨ ਨੂੰ ਤਿਆਰ ਆ ਇਹ ਬੜੀ ਗਲਤ ਗੱਲ ਹੈ ਜੀ ਨਿਆਣੇ 'ਤੇ ਬਹੁਤ ਬੱਚਾ ਬੁਰਾ ਅਸਰ ਪੈਂਦਾ ਆਪਣੇ ਕੌਮ ਬਾਰੇ ਗਾਣੇ ਸੁਣਨੇ ਜੀ ਬੱਲੇ ਬੱਲੇ ਪੰਜਾਬ ਦੀ ਕਰਨੀ ਵਗੈਰਾ ਇਹ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੀ ਐਕਸ਼ਨ ਹੀ ਉਹਦੇ ਖਿਲਾਫ ਆ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਪਿਆਰ ਨਾਲ ਰਹੋ ਇੱਕ ਦੂਜੇ ਨਾਲ ਸਤਿਕਾਰ ਨਾਲ ਰਹੋ ਇੱਕ ਦੂਜੇ ਨਾਲ ਆਪਣੇ ਧਰਮ ਦਾ ਜੋ ਅਸੂਲ ਆ ਭਾਵੇਂ ਜੋ ਮਰਜ਼ੀ ਮਜ਼ਹਬ ਹੋਵੇ ਚਾਹੇ ਉਹ ਇਸਲਾਮ ਹੋਵੇ ਚਾਹੇ ਸਿੱਖਿਜ਼ਮ ਹੋਵੇ ਹਿੰਦੂਇਜ਼ਮ ਹੋਵੇ ਚਾਹੇ ਤੁਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਦੇ ਆ ਚਾਹੇ ਉਹ ਕ੍ਰਿਸਚੀਅਨਿਟੀ ਹੋਵੇ ਉਹਦੇ ਵਿੱਚ ਜਿਹੜੇ ਹੈਗੇ ਧਰਮ ਦੇ ਅਸੂਲ ਨਾਲ ਤੁਸੀਂ ਚੱਲੋ ਆਪਣੇ ਸਹੀ ਜੋ ਇਹ ਸੋਚੋ ਕਿ ਸਾਡੇ ਮੁਲਕ 'ਚ ਇਹ ਸਾਨੂੰ ਅਲਾਊਡ ਹੈਗਾ ਜਾਂ ਨਹੀਂ ਜੋ ਤੁਸੀਂ ਕੰਮ ਖਰਾਬ ਕਰਦੇ ਆ ਬਾਕੀ ਜਿਹੜੇ ਇਨਸੈਂਟ ਆ ਉਹ ਫਸਦੇ ਉਹਦੇ ਵਿੱਚ ਮੈਂ ਤੁਹਾਨੂੰ ਇਹੀ ਕਹੂੰਗਾ ਸੋ ਯੂ ਗੋਟ ਟੂ ਬੀ ਸੀਰੀਅਸ ਐਟ ਦੀ ਐਂਡ ਬਟ ਲੋਟ ਪੀਪਲ ਆਸਕ ਮੀ ਦੀਸ ਕੁਐਸਚਨਸ ਸੋ ਆਈ ਹੈਵ ਟੂ ਟੈਲ ਹਿਮ ਲੁੱਕ ਯੂ ਨੋ ਓ ਮਾਈ ਗੋਡ ਅਬੈਂਡਨਿੰਗ ਯੋਰ ਕਿਡ ਪੁਟਿੰਗ ਹਿਮ ਇਨਟੂ ਕੇਅਰ ਜਸਟ ਟੂ ਗੈਟ ਅ ਵੀਜ਼ਾ ਗ੍ਰੇਟ ਦੈਟ ਕਿਡਸ ਗੋਨਾ ਲਵ ਯੂ ਫੋਰਐਵਰ ਇਨ ਮੀ